ਅਸਲਾਮੁਅਲੈਕਮ ਜਿੱਦਾਂ ਕਿ ਤੁਹਾਨੂੰ ਪਤਾ ਸੀ ਸਮੀ ਦੇ ਵੱਡੇ ਸੀਗੇ ਸਮੀ ਨੂੰ ਅਸੀਂ ਖਾਚ ਕੋ ਸੀ ਕੀਤਾ ਯਾ ਅਸੀਂ ਕਹਾਂ ਟ੍ਰੀਟ ਖਵਾ ਟ੍ਰੀਟ ਖਵਾ ਤੇ ਖੈਰ ਮੰਨ ਗਿਆ ਕਹਿੰਦਾ ਯਾ 60% ਮੈਂ ਪੇ ਕਰਾਂਗਾ ਤੇ 40 ਫਿਰ ਚੱਲ ਤੁਸੀਂ ਕਰਦੇ ਸੀਗੇ ਚਲੋ ਠੀਕ ਹੈ ਸੀ ਰਾਜ਼ੀ ਹੋ ਗਏ ਆ ਤਿਆਰ ਹੋ ਗਏ ਸਮੀ ਕਹਿੰਦਾ ਯਾਰ ਪੈਸੇ ਥੋੜੇ ਐ ਟੀਮ ਜੋ ਪੈਸੇ ਕਢਾ ਲਈਏ ਅਸੀਂ ਫਿਰ 5000 ਰੁਪਏ ਟੀਮ 'ਚ ਪੈਸੇ ਕਢਾਏ ਆ ਤੇਸੀਂ ਚਲੋ ਐਸੇ ਕਿੰਗਾ ਐਸਾ ਕਰੂੰਗਾ ਯਾਰ ਗੱਡੀ ਲੈ ਆਓ ਗੱਡੀ ਲੈ ਕੇ ਆਂ ਬੰਦੇ ਸੀ ਕਿ ਸੱਤ ਤੇ ਗੱਡੀ ਸਾਡੇ ਕੋਲ ਇੱਕ ਸੀਗੇ ਐਮਨੂ ਤੇ ਦੂਸਰਾ ਮਲੰਗੀ ਹੈ ਸਾਡਾ ਮੁੰਡਾ ਹਮਾ ਦੇਣਾ ਇਹਨੂੰ ਅੱਗੇ ਪਾਇਆ ਜਿਵੇਂ ਮਾਂ ਬੱਚਿਆਂ ਦੇ ਝੋਲੇ ਦੀ ਬੰਦੇ ਆ ਪਿੱਛੇ ਸੀ ਬਹਿ ਗਏ ਹੋਏ ਤੇ ਸੀ ਔਖੇ ਲੇਕਿਨ ਭਾਈ ਪੇਟ ਦੀ ਖਾਤਰ ਜਾਣਾ ਪੈਂਦਾ ਆਸੀਂ ਜਾ ਰਹੇ ਆਂ ਜੀ ਬੜਾ ਸ਼ੌਲ ਮੇਨ ਲਾ ਰਹੇ ਗਾਣੇ ਤੇ ਮਠੀ ਮਠੀ ਆਵਾਜ਼ ਚ ਚੱਲਦੇ ਪਏ ਨੇ ਆਸੀਂ ਜਾ ਰਹੇ ਆਂ ਜੀ ਅਸੀਂ ਹਸਤੇ ਵਿੱਚ ਸੀ ਤੇ ਇਸ ਤੋਂ ਬਾਅਦ ਅਸੀਂ ਜਨਾਬੇ ਜਰਾ ਪਹੁੰਚ ਲਿਆ ਲੱਗੇ ਅਗਲੀ ਵੀਡੀਓ ਹੈ ਗਿਆ ਅਸੀਂ ਪਹੁੰਚ ਗਏ ਆਂ ਜੀ ਬਸ ਕਰ ਸੀਨੀਅਰ ਡਰਾਈਵਰ ਨੇ ਤੇ ਬੜਾ ਮਾਹੌਲ ਸੀਗਾ ਯਾਰ ਉੱਥੇ ਕਿ ਨਾ ਬੜੇ ਧੂਆਂ 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 ਸ਼ੋਮੇ ਸੀਗਾ ਰਸ ਵੀ ਚੰਗਾ ਸੀਗਾ ਖੈਰ ਨਾ ਅਸੀਂ ਚੱਲੇ ਗਏ ਸੀ ਕਿ ਕਿੱਲੂ ਪਾਸੇ ਜਾਣਾ ਹੀ ਜਾਣਾ ਇਸ ਤੋਂ ਬਾਅਦ ਅਸੀਂ ਉੱਤੇ ਚੱਲੇ ਗਏ ਆ ਅਸੀਂ ਆ ਹਮਲਾਈ ਬੂਟੀ ਕਰਾਈ ਆ ਤੇ ਇੱਕ ਚਿਕਨ ਮਖਣੀ ਹਾਂਡੀ ਕਰਾਈ ਆ ਲੱਗਦਾ ਤੇ ਕਿਹੜੀ ਤਰ੍ਹਾਂ ਕਿ ਟੇਸਟ ਬੋਰਡ ਪਿਆਰਾ ਸੀ ਆ ਤੁਹਾਡੇ ਸਾਹਮਣੇ ਅਸੀਂ ਖਾ ਰਹੇ ਆ ਜੀ ਇਸ ਤੋਂ ਬਾਅਦ ਸਾਡਾ ਬਿੱਲ ਆ ਗਿਆ ਸੀ ਬਿੱਲ ਜਦੋਂ ਦੇਖਿਆ ਤੇ ਪਈ 5400 ਰੁਪਏ ਬਿੱਲ ਹੋ ਗਿਆ ਦੇਖਿਆ ਸੀ ਪੇ ਕੀਤਾ ਇਸ ਤੋਂ ਬਾਅਦ ਯਾਰ ਸਾਡੀ ਸਲਾਹ ਬਣ ਗਈ ਨਾ ਅਸੀਂ ਕਿ ਯਾਰ ਕੋਈ ਮਿੱਠਾ ਖਾਈਏ ਮਿੱਠਾ ਖਾਈਏ ਪਹਿਲਾਂ ਉਹਦੀ ਪਾਨ ਦੀ ਸਲਾਹ ਬਣੀ ਕਿ ਅਸੀਂ ਪਾਨ ਨਹੀਂ ਖਾਣਾ ਸੀ ਆਈਸਕ੍ਰੀਮ ਖਾਣੇ ਆ ਆ ਦੱਸੇ ਜਾ ਰਹੀ ਜੀ ਆ ਰੇਲ ਗੱਡੀ ਜਾ ਰਹੀ ਫਟਕ ਤੇ ਕਮ ਜਗ੍ਹਾ ਵੀ ਅਸੀਂ 15 ਮਿੰਟ ਇੱਥੇ ਰੁਕੇ ਆ ਰੇਲ ਗੱਡੀ ਲੰਗੀ ਜਾ ਰਹੀ ਲੰਗੀ ਜਾ ਰਹੀ ਤੇ ਫਿਰ ਤੁਹਾਨੂੰ ਪਤਾ ਇੱਕ ਸਨੈਪ ਲਵਰ ਵੀ ਹੁੰਦੇ ਆ ਤੇ ਸਾਡੇ ਗਿਆ ਮੁੰਡਾ ਸਨੈਪ ਆ ਰਿਹਾ ਜੀ ਨਾਲ ਕਿ ਨਾ ਯਾਰ ਮੈਂ ਸਨੈਪਰ ਮੈਂ ਚੱਲ ਪਾ ਲਾ ਇਸ ਤੋਂ ਬਾਅਦ ਨਾ ਅਸੀਂ ਚੱਲੇ ਗਏ ਜੀ ਜੀਬੀਸ ਤੇ ਜੀ ਬਿਸ ਤੇ ਜਾਣ ਤੋਂ ਬਾਅਦ ਅਸੀਂ ਗੱਡੀ ਪਾਰਕਿੰਗ ਵਾਲੀ ਕਿੰਦੇ ਆ ਉੱਥੇ ਨਾਲ ਜਾ ਕੇ ਬਹਿ ਕੇ ਖਾਣੀ ਆ ਲੇਕਿਨ ਉਦੀ ਸਿਟਿੰਗ ਨਹੀਂ ਹੈ ਸੀਗੀ ਇਸ ਤੋਂ ਬਾਅਦ ਆ ਦੋ ਸੀਨੀਅਰ ਬੰਦੇ ਨੇ ਆ ਵਾਜਰ ਭਾਈ ਨੇ ਤੇ ਅਸਕਰ ਭਾਈ ਨੇ ਇਹ ਸੀਨੀਅਰ ਨੇ ਸੀਨੀਅਰ ਤਰੀਨ ਬੰਦੇ ਨੇ ਇਹ ਕਹਰੇ ਮੈਨੂ ਦੇਖੀ ਕੀ ਕੀ ਖਾਈਏ ਖੈ ਸਾਰਾ ਮੈਨੂ ਡਿਫਰੈਂਟ ਡਿਸਾਈਡ ਹੋਇਆ ਇਸ ਤੋਂ ਬਾਅਦ ਆ ਦੇਖੋ ਆ ਸੈਲਫੀਆਂ ਲੈ ਰਹੇ ਨੇ ਕਹਿੰਦੇ ਯਾਰ ਮੈਂ ਆਪਣੀ ਬੇਗਮ ਨੂੰ ਭੇਜਣੀ ਪਈ ਸਿਰ ਕਹਰੇ ਸੈਲਫੀ ਆ ਅਸੀਂ ਲੈ ਲਏ ਜੀ ਆਈਸਕ੍ਰੀਮ ਲੈ ਲਈਏ ਖਾ ਰਹੇ ਆ ਜੀ ਕਿਸ ਨੇ ਕਿਹੜੀ ਚੀਜ਼ ਲਈ ਕਿਸ ਨੇ ਕਿਹੜੀ ਚੀਜ਼ ਲਈ ਮੈਂ ਸਮਝੀ ਨੇ ਉਹ ਉਹ ਲਈਏ ਸੀ ਕੱਪ ਜਾਂ ਤੇ ਆ ਸਾਰੇ